ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਜਿਹੜੀ ਹੁਣ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਬੜੀ ਹੀ ਮੱਧ ਭਾਗ ਦੀ ਗੱਲ ਹੈਗੀ ਏ ਇੱਕ ਨਿੰਦਣਯੋਗ ਘਟਨਾ ਹੈਗੀ ਏ ਕਿ ਇੱਕ ਥਾਣੇ ਦੇ ਵਿੱਚ ਲੁਧਿਆਣੇ ਦੇ ਥਾਣੇ ਦੇ ਵਿੱਚ ਇੱਕ ਔਰਤ ਨੂੰ ਤੱਕੇ ਮਾਰ ਕੇ ਮੁਲਾਜ਼ਮਾਂ ਦੇ ਵੱਲੋਂ ਬਾਹਰ ਕੀਤਾ ਗਿਆ ਜਦ ਕਿ ਉਸ ਦਾ ਕੋਈ ਆਪ ਦਾ ਕੇਸ ਨਹੀਂ ਸੀਗਾ ਕਿਸੇ ਪੀੜਤ ਪਰਿਵਾਰ ਦਾ ਕੇਸ ਲੈ ਕੇ ਉਹ ਥਾਣੇ ਦੇ ਵਿੱਚ ਪਹੁੰਚੀ ਸੀਗੀ ਜਿਸ ਕਰਕੇ ਉਸ ਨੂੰ ਜਿਹੜਾ ਇਸ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਘਟਨਾ ਕੀ ਪੂਰੀ ਘਟਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਘਟਨਾ ਇਸ ਤਰ੍ਹਾਂ ਕਿ ਇੱਕ ਚਾਈਲਡ ਹੈਡ ਵੈਲਫਰ ਸੁਸਾਇਟੀ ਦੀ ਜਿਹੜੀ ਸਚਾਲਕ ਜਿਹੜੀ ਹੈਗੀ ਇਸ ਮਾ ਸੇਵਕ ਕਿ ਸਪੀੜਤ ਪਰਿਵਾਰ ਦਾ ਕੇਸ ਥਾਣੇ ਦੇ ਵਿੱਚ ਲੈ ਕੇ ਜਾਂਦੀ ਏ ਉਹਦੀ ਜਿਹੜੀ ਪੈਰਵਾਈ ਕਰਵਾਉਣ ਦੇ ਲਈ ਕਿ ਉਸ ਜਿਹੜਾ ਪੀੜਤ ਪਰਿਵਾਰ ਨੂੰ ਜਿਹੜਾ ਇਨਸਾਫ ਮਿਲੇ ਜਿਸ ਕਰਕੇ ਉਹ ਸਾਹਮਣੇ ਸੀਨੀਅਰ ਮੁਲਾਜ਼ਮ ਦੇ ਬੈਠ ਕੇ ਜਿਹੜੀ ਗੱਲਬਾਤ ਸਾਰੀ ਡਿਸਕਸ਼ਨ ਕਰਦੀ ਏ ਜਿਸ ਤੋਂ ਬਾਅਦ ਕੀ ਹੁੰਦਾ ਆਪਸ ਵਿੱਚ ਬਹਿਸ ਛਿੜ ਜਾਂਦੀ ਏ ਤਨੋਂ ਤੁਣੀ ਛਿੜ ਜਾਂਦੀ ਜਿਸ ਤੋਂ ਬਾਅਦ ਔਰਤ ਉਸ ਥਾਣੇ ਦੇ ਜਿਹੜਾ ਮੇਨ ਜਿਹੜਾ ਹਾਲ ਹੁੰਦਾ ਉਸ ਦੇ ਬਾਹਰ ਆ ਜਾਂਦੀ ਏ ਤੇ ਬਾਹਰ ਆ ਕੇ ਕੀ ਉਹ ਦੇਖਦੀ ਹੈ ਕਿ ਇੱਕ ਐਸ.ਐਚ.ਓ ਦੇ ਵੱਲੋਂ ਕਿਹਾ ਜਾਂਦਾ ਕਿ ਇਸ ਨੂੰ ਤੱਕੇ ਮਾਰ ਕੇ ਬਾਹਰ ਕੀਤਾ ਜਾਵੇ ਕਾਰਨ ਕੀ ਹੁੰਦਾ ਕਿ ਸਾਰੀ ਗੱਲਬਾਤ ਚੱਲਦੀ ਹੈ ਜੇਕਰ ਦੇਖਿਆ ਜਾਵੇ ਤੇ ਇੱਕ ਸਮਾਜ ਸੇਵਿਕਾ ਆਪਣੇ ਲਈ ਨਹੀਂ ਲੋਕਾਂ ਦੇ ਲਈ ਖੜਦੀ ਹੈ ਹਮੇਸ਼ਾ ਕੋਈ ਕਿਸ ਕਿਸੇ ਤਰ੍ਹਾਂ ਦਾ ਕੋਈ ਸਮਾਜ ਸੇਵੀ ਹੈਗਾ ਹੈ ਉਹ ਲੋਕਾਂ ਦੇ ਜਿਹੜਾ ਹੱਕਾਂ ਦੇ ਲਈ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰਦਾ ਲੋਕਾਂ ਦੇ ਨਾਲ ਖੜਦਾ ਹੈ ਤੇ ਲੋਕਾਂ ਦੇ ਨਾਲ ਹੀ ਨਹੀਂ ਖੜਦਾ ਸਗੋ ਸਰਕਾਰ ਦੇ ਨਾਲ ਵੀ ਖੜਦਾ ਹੈ ਤੇ ਇਹ ਮੁਲਾਜ਼ਮਾਂ ਦੇ ਨਾਲ ਵੀ ਖੜਦਾ ਕਿਸ ਤਰ੍ਹਾਂ ਖੜਦਾ ਹੈ ਜਦੋਂ ਵੀ ਕਿਤੇ ਅਸੀਂ ਕੋਈ ਸੈਮੀਨਾਰ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ਅਸੀਂ ਸਮਾਜ ਸੇਵੀ ਵੇਖਦੇ ਆਂ ਸਮਾਜ ਸੇਵੀ ਦਾ ਸਹਾਰਾ ਲੈਂਦੇ ਆਂ ਕਿਉਂਕਿ ਸਮਾਜ ਸੇਵੀ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਮੁਲਾਜ਼ਮਾਂ ਦੇ ਨਾਲ ਖੜਦਾ ਹੈ ਕਿਸੇ ਤਰ੍ਹਾਂ ਦਾ ਕੋਈ ਸੈਮੀਨਾਰ ਹੋਵੇ ਜੇਕਰ ਆਪਾਂ ਗੱਲ ਕਰੀਏ ਨਸ਼ੇ ਵਿਰੋਧੀ ਫਰੰਟ ਦੀ ਜੇਕਰ ਨਸ਼ੇ ਵਿਰੋਧੀ ਗਲਤ ਨਾ ਜਿਹੜੇ ਗਲਤ ਅਨੁਸਾਰ ਹੈਗੇ ਇਹਨਾਂ ਨੂੰ ਨੱਥ ਪਾਉਣ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਸਮਾਜ ਸੇਵਿਕ ਅੱਗੇ ਆਉਂਦੇ ਨੇ ਮੋਢੇ ਦੇ ਨਾਲ ਮੋਢਾ ਲਾ ਕੇ ਮੁਲਾਜ਼ਮਾ ਦੇ ਨਾਲ ਖੜਦੇ ਨੇ ਤੇ ਉਹਨਾਂ ਗਲਤ ਅਨੁਸਾਰ ਵਿਰੋਧ ਕਾਰਵਾਈ ਕਰਾਉਂਦੇ ਨੇ ਜੇਕਰ ਗੱਲ ਕੀਤੀ ਜਾਵੇ ਇਹਨਾਂ ਨਸ਼ਾ ਤਸਕਰਾਂ ਦੀ ਤੇ ਉਹਨਾਂ ਨਸ਼ਾ ਤਸਕਰਾਂ ਦੇ ਖਲਾਫ ਵੀ ਜਿਹੜੇ ਆਵਾਜ਼ ਬੁਲੰਦ ਕਰਦੇ ਨੇ ਤਾਂ ਸਿਰਫ ਸਿਰਫ ਸਮਾਜ ਸੇਵੀ ਆਵਾਜ਼ ਬੁਲੰਦ ਕਰਦੇ ਨੇ ਉਹਨਾਂ ਲੋਕਾਂ ਦਾ ਹਜੂਮ ਨਾਲ ਲੈ ਕੇ ਚੱਲਦੇ ਨੇ ਲੋਕ ਨਾਲ ਲੈ ਕੇ ਚੱਲਦੇ ਨੇ ਤੇ ਤਾਂ ਹੀ ਜਿਹੜੇ ਸਮਾਜ ਸੇਵਕ ਇਸ ਮੁਲਾਜ਼ਮਾਂ ਦਾ ਇਹਨਾਂ ਜਿਹੜੇ ਸੀਨੀਅਰ ਅਫਸਰ ਆਏ ਨੇ ਉਹਨਾਂ ਦਾ ਜਿਹੜਾ ਸਾਥ ਮਿਲਦਾ ਹੈ ਤਾਂ ਸਿਰਫ ਤੇ ਸਿਰਫ ਕਿਹਨਾਂ ਦਾ ਮਿਲਦਾ ਹੈ ਇੱਕ ਸਮਾਜ ਸੇਵਕਾਂ ਦਾ ਹੁਣ ਜਿਹੜੀ ਗੱਲ ਜਿਹੜੀ ਘਟਨਾ ਵਾਪਰੀ ਲੁਧਿਆਣੇ ਦੇ ਵਿੱਚ ਇੱਕ ਔਰਤ ਕਿਸੇ ਦਾ ਕੇਸ ਲੈ ਕੇ ਗਈ ਸੀ ਕਿ ਜਿਸ ਕਰਕੇ ਉਹ ਨਮੋਚੀ ਦਾ ਸਾਹਮਣਾ ਕਰਨਾ ਪਿਆ ਅਸੀਂ ਇਸ ਘਟਨਾ ਨੂੰ ਨਿੰਦਣ ਜੋ ਕਰਨਾ ਆਖਦੇ ਆ ਤੇ ਇਸ ਦਾ ਜਿਹੜਾ ਗਲਤ ਜਿਹੜਾ ਅਸੀਂ ਪੂਰੇ ਜਿਹੜਾ ਹੈਗੇ ਸ਼ਬਦਾਂ ਦੇ ਵਿੱਚ ਨਕੀਦੀ ਕਰਦੇ ਆ ਕਿਉਂਕਿ ਕੋਈ ਵੀ ਸਮਾਜ ਸੇਵੀ ਆਪਦੇ ਆਪ ਆਪਦੇ ਲਈ ਨਹੀਂ ਚੱਲਦਾ ਲੋਕਾਂ ਦੇ ਲਈ ਚੱਲਦਾ ਕਿਸੇ ਤਰ੍ਹਾਂ ਦੀ ਉਹਨੂੰ ਤਨਕਾਹ ਦਾ ਨਹੀਂ ਹੁੰਦਾ ਕੋਈ ਲਾਲਚ ਨਹੀਂ ਹੁੰਦਾ ਉਹ ਸਿਰਫ ਤੇ ਸਿਰਫ ਲੋਕਾਂ ਲੋਕਾਂ ਦੇ ਜਿਹੜੇ ਹੱਕ ਹੈਗੇ ਨੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਚੱਲਦਾ ਹੈ ਜਦ ਕਿ ਜਿਹੜਾ ਇੱਕ ਮੁਲਾਜ਼ਮ ਹੁੰਦਾ ਪਬਲਿਕ ਸਰਵੰਟ ਹੁੰਦਾ ਹੈ ਪਬਲਿਕ ਸਰਵੰਟ ਭਾਵ ਲੋਕਾਂ ਦਾ ਸੇਵਕ ਲੋਕਾਂ ਦੇ ਸੇਵਾ ਦੇ ਲਈ ਉਹ ਮੁਲਾਜ਼ਮ ਬਣਾਇਆ ਗਿਆ ਹੁੰਦਾ ਹੈ ਇੱਕ ਤਨਖਾਹ ਵੀ ਉਸ ਨੂੰ ਜਿਹੜਾ ਸਰਕਾਰ ਦਿੰਦੀ ਹੈ ਪਰ ਸਰਕਾਰ ਕਿਸ ਤਰ੍ਹਾਂ ਦਿੰਦੀ ਹੈ ਉਹ ਲੋਕਾਂ ਦਾ ਟੈਕਸ ਜਿਹੜਾ ਇਕੱਠਾ ਕੀਤਾ ਜਾਂਦਾ ਲੋਕ ਟੈਕਸ ਅਦਾ ਕਰਦੇ ਨੇ ਉਹ ਸਾਡਾ ਖੁਦ ਦਾ ਟੈਕਸ ਹੁੰਦਾ ਇਹਨਾਂ ਲੋਕਾਂ ਦਾ ਟੈਕਸ ਹੁੰਦਾ ਹੈ ਤਾਂ ਕਿ ਉਹਨਾਂ ਲੋਕਾਂ ਨੂੰ ਜਿਹੜਾ ਕਿਸੇ ਤਰ੍ਹਾਂ ਦੀ ਵੀ ਕੋਈ ਪੀੜਾ ਪੈਂਦੀ ਏ ਤਾਂ ਉਹ ਇਨਸਾਫ ਦੇ ਲਈ ਉਸ ਦਵਾਰ ਤੇ ਜਾ ਕੇ ਆਪਣਾ ਇਨਸਾਫ ਜ਼ਰੂਰ ਪਾ ਸਕਣ ਪਰ ਜਿਸ ਤਰ੍ਹਾਂ ਦੀ ਉਹ ਘਟਨਾ ਜਿਹੜੀ ਵਾਇਰਲ ਹੋ ਰਹੀ ਏ ਵੀਡੀਓ ਵਾਇਰਲ ਹੋ ਰਹੀ ਏ ਤੇ ਅਸੀਂ ਗਲਤ ਸ਼ਬਦਾਂ ਦੇ ਵਿੱਚ ਜਿਹੜੀ ਇਹਨਾਂ ਦੇ ਜਿਹੜੀ ਜਿਹੜੀ ਸ਼ਬਦਾਂ ਦੇ ਵਿੱਚ ਜਿਹੜੀ ਉਹ ਨਖੇਦੀ ਅਸੀਂ ਕਰਦੇ ਆਂ ਕਿਉਂਕਿ ਜਿਹੜੀ ਉਹ ਘਟਨਾ ਇੱਕ ਔਰਤ ਦੇ ਨਾਲ ਬੀਤੀਏ ਤੇ ਦੇਖੋ ਕਿ ਉਹ ਆਮ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਹੋਊਗਾ ਉਸ ਮੁਲਾਜ਼ਮ ਦਾ ਵਤੀਰਾ ਅਸੀਂ ਸਾਰੇ ਮੁਲਾਜ਼ਮ ਇਹ ਸਾਰੇ ਮੁਲਾਜ਼ਮ ਇੱਕੋ ਜਿਹੇ ਨਹੀਂ ਸਮਝਦੇ ਕਿਉਂਕਿ ਬਹੁਤ ਸਾਰੇ ਮੁਲਾਜ਼ਮ ਹੈਗੇ ਨੇ ਜਿਹੜੇ ਲੋਕਾਂ ਦੇ ਲਈ ਖੜਦੇ ਨੇ ਲੋਕਾਂ ਦੀ ਜਿਹੜੀ ਇਨਸਾਫ ਦੀ ਜਿਹੜੀ ਪਹਿਲ ਕਦਮੀ ਕਰਦੇ ਨੇ ਹਮੇਸ਼ਾ ਲੋਕਾਂ ਦੇ ਜਿਹੜੇ ਪੀੜਤ ਲੋਕਾਂ ਦੀ ਜਿਹੜੀ ਹਮੇਸ਼ਾ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਕਿਸੇ ਤਰ੍ਹਾਂ ਦੇ ਵੀ ਉਹਨੂੰ ਪੀੜਾ ਪੈਂਦੀ ਹੈ ਤਾਂ ਹਮੇਸ਼ਾ ਪਹਿਲ ਦੇ ਆਧਾਰ ਤੇ ਉਹਨਾਂ ਦਾ ਜਿਹੜਾ ਪਹਿਲ ਦੇ ਆਧਾਰ ਤੇ ਉਹਨਾਂ ਨਾਲ ਖੜੇ ਹੁੰਦੇ ਨੇ ਤੇ ਜਿਹੜੀ ਇਹ ਘਟਨਾ ਵਾਪਰੀ ਏ ਦੇਖੋ ਕਿ ਜਦੋਂ ਆਪਸ ਦੇ ਵਿੱਚ ਤਾਨਾ-ਤਾਨੀ ਛਿੜਦੀ ਏ ਬਹਿਸ ਛਿੜਦੀ ਏ ਤੇ ਕੀ ਹੁੰਦਾ ਏ ਕਿ ਤੂੰ ਮੇਰੇ ਨਾਲ ਤਮੀਜ਼ ਨਾਲ ਗੱਲ ਕਰ ਜਦਕਿ ਉਹ ਔਰਤ ਹਰ ਸ਼ਬਦ ਦੇ ਵਿੱਚ ਸਰਜੀ ਸਰਜੀ ਕਹਿ ਰਹੀ ਹੁੰਦੀ ਜਦੋਂ ਮੈਡਮ ਨੂੰ ਕਿਹਾ ਜਾਂਦਾ ਏ ਕਿ ਮੈਡਮ ਜੀ ਨੂੰ ਬਾਹਰ ਕੱਢੋ ਤਾਂ ਮੈਡਮ ਕਹਿੰਦੀ ਤੂੰ ਥੋੜਾ ਤਮੀਜ਼ ਨਾਲ ਗੱਲ ਕਰ ਤੋ ਮ ਸੁਣੋ ਮੈਡਮ ਜੀ ਮੇਰੀ ਗੱਲ ਸੁਣੋ ਹਰ ਗੱਲ ਤੇ ਸਰ ਜੀ ਸਰ ਜੀ ਸਰ ਜੀ ਹਰ ਗੱਲ ਤੇ ਮੈਡਮ ਜੀ ਮੈਡਮ ਜੀ ਤੇ ਦੇਖੋ ਕਿਸ ਤਰ੍ਹਾਂ ਦੀ ਬਤਮੀ ਜੀ ਹੋਊਗੀ ਜੇਕਰ ਸਰ ਜੀ ਸਰ ਜੀ ਬਤਮੀ ਸ਼ਬਦੇ ਜੇਕਰ ਮੈਡਮ ਜੀ ਮੈਡਮ ਜੀ ਬਤਮੀ ਸ਼ਬਦੇ ਜੇਕਰ ਕਿਸੇ ਦੇ ਲਈ ਖੜਨਾ ਕਿਸੇ ਦੀ ਆਵਾਜ਼ ਬੁਲੰਦ ਕਰਨਾ ਇਹ ਬਤਮੀ ਜੀ ਹੈ ਤਾਂ ਕੀ ਜਿਹੜਾ ਜਿਹੜੇ ਗਲਤ ਆਨਸਰ ਹੈਗੇ ਨੇ ਗਲਤ ਸ਼ਰਾਰਤੀ ਆਨਸਰ ਹੈਗੇ ਨੇ ਕਿ ਉਹ ਸਹੀ ਹੈਗਾ ਹੈ ਕਿ ਉਹਨਾਂ ਦੇ ਲਈ ਜਿਹੜਾ ਉਹਨਾਂ ਦੇ ਖਿਲਾਫ ਖੜਨਾ ਬਤਮੀ ਜੀ ਹੈਗੀ ਏ ਇਹੋ ਅਸੀਂ ਸਵਾਲ ਉਸ ਅਫਸਰ ਨੂੰ ਕਰਦੇ ਆਂ ਤੇ ਜਦ ਕਿ ਲੁਧਿਆਣਾ ਦੇ ਐਸਐਸਪੀ ਦਾ ਬਿਆਨ ਵੀ ਆਇਆ ਸੀਗਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਸੀਂ ਉਮੀਦ ਕਰਦੇ ਹਾਂ ਕਿ ਇਸ ਮਾਮਲੇ ਦੀ ਜਾਂਚ ਕਰਕੇ ਉਸ ਔਰਤ ਨੂੰ ਇਨਸਾਫ ਦਿੱਤਾ ਜਾਵੇ ਤਾਂ ਉਸ ਪੀੜਤ ਪਰਿਵਾਰ ਨੂੰ ਵੀ ਇਨਸਾਫ ਮਿਲੇ ਕਿਉਂਕਿ ਉਸ ਪੀੜਤ ਪਰਿਵਾਰ ਦੇ ਲਈ ਹੀ ਔਰਤ ਗਈ ਸੀਗੀ ਉਸ ਪੀੜਤ ਪਰਿਵਾਰ ਦੀ ਜਿਹੜੀ ਆਵਾਜ਼ ਬੁਲੰਦ ਕਰਨ ਲਈ ਗਈ ਸੀਗੀ ਸਾਰਾ ਕੇਸ ਦੀ ਜਿਹੜੀ ਪੈਰਵਾਈ ਕਰਵਾਉਣ ਦੇ ਲਈ ਔਰਤ ਗਈ ਸੀ ਪਰ ਉਲਟਾ ਕੀ ਹੋਇਆ ਕਿ ਉਸ ਮਾ ਸੇਵਕਾ ਨੂੰ ਹੀ ਉਸ ਥਾਣੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤਾਂ ਤੁਸੀਂ ਦੇਖ ਰਹੇ ਹੋ ਪਰ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਦੇਣਾ ਤੁਸੀਂ ਇਸ ਕਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਸ਼ੇਅਰ ਜਰੂਰ ਕਰ ਦੇਣਾ ਜੇਕਰ ਇੱਕ ਸਮਾਜ ਸੇਵਕਾ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਹੈਗਾ ਤੇ ਆਮ ਲੋਕਾਂ ਦੇ ਨਾਲ ਉਸ ਮੁਲਾਜ਼ਮ ਦਾ ਵਤੀਰਾ ਕਿਸ ਤਰ੍ਹਾਂ ਹੋਊਗਾ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਆਪਣੇ ਕਮੈਂਟ ਜਰੂਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ